ਹੈਲੋ एवरीवन ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀ ਤੇ ਦੋਸਤੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੀਖਿਆ ਦੀ ਡੇਟਸ਼ੀਟ ਜਿਹੜੀ ਜਾਰੀ ਕਰ ਦਿੱਤੀ ਹੈ ਇਸ ਵੀਡੀਓ ਚ ਆਪਾਂ ਵੇਖਾਂਗੇ ਕਿ ਪ੍ਰੀਖਿਆਵਾਂ ਕਦੋਂ ਸਟਾਰਟ ਨੇ ਤੇ ਉਹਨਾਂ ਦੀ ਡੇਟਸ਼ੀਟ ਆਪਾਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ Google 'ਚ ਜਾ ਕੇ ਪੰਜਾਬੀ ਯੂਨੀਵਰਸਿਟੀ ਟਾਈਪ ਕਰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਫਰਸਟ ਸਾਈਟ ਹੈ ਜਿਹੜੀ ਓਪਨ ਕਰ ਲੈਣੀ ਹੈ ਪੰਜਾਬੀ ਯੂਨੀਵਰਸਿਟੀ.ac.in ਤੇ ਕਲਿੱਕ ਕਰਨਾ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਸਾਈਟ ਤੇ ਪ੍ਰੀਖਿਆਵਾਂ ਲਿਖਿਆ ਹੋਇਆ ਆਵੇਗਾ ਉਹਦੇ ਉੱਤੇ ਤੁਸੀਂ ਕਲਿੱਕ ਕਰਕੇ ਡੇਟ ਸ਼ੀਟ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਨਿਊਜ਼ ਤੇ ਤੁਸੀਂ ਕਲਿੱਕ ਕਰ ਦੇਣਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਫਰਸਟ ਨੋਟੀਫਿਕੇਸ਼ਨ ਦਿੱਤੀ ਹੋਈ ਹੈ ਐਗਜ਼ਾਮੀਨੇਸ਼ਨ ਸ਼ਡਿਊਲ ਜੁਲਾਈ 2020 ਉਹਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ ਤੇ ਜਿਹੜੀ ਪੀਡੀਐਫ ਹੋਵੇਗੀ ਉਹਨੂੰ ਡਾਊਨਲੋਡ ਕਰ ਲੈਣਾ ਜੀ ਹਾਂਜੀ ਆ ਪੀਡੀਐਫ ਸਾਡੇ ਕੋਲ ਸਾਹਮਣੇ ਆ ਗਈ ਹੈ ਜੀ ਖੁੱਲ ਕੇ ਕੀ ਲਿਖਿਆ ਹੋਇਆ ਜੀ ਪਹਿਲੇ ਪੜਾਅ ਵਿੱਚ ਕੇਵਲ ਪੰਜਾਬ ਰਾਜ ਦੇ ਵਿਦਿਆਰਥੀਆਂ ਦੇ ਪੇਪਰ ਕਰਾਏ ਜਾਣਗੇ ਹਾਂਜੀ ਇਹ ਸਾਰੇ ਪ੍ਰੀਖਿਆਵਾਂ ਦੇ ਨਾਂ ਦਿੱਤੇ ਹੋਏ ਨੇ ਜਿਵੇਂ ਸੈਕੰਡ ਨੰਬਰ ਤੇ ਕੀ ਦਿੱਤਾ ਹੋਇਆ ਜੀ ਬੀ ਫਾਰਮੇਸੀ ਸੈਮੈਸਟਰ ਅੱਠਵਾਂ ਤੇ ਇਸ ਦਾ ਪੇਪਰ ਕਦੋਂ ਹੋਣਾ ਹੈ 10 ਤਾਰੀਖ 7ਵੇਂ ਮਹੀਨੇ 2020 ਨੂੰ ਤੇ ਸਾਰੀਆਂ ਪ੍ਰੀਖਿਆਵਾਂ ਜਿਹੜੀ 10 ਤਾਰੀਖ ਨੂੰ ਹੀ ਹੋਣਗੀਆਂ 7ਵੇਂ ਮਹੀਨੇ ਵਿੱਚ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਜਿੰਨੀ ਵੀ ਪ੍ਰੀਖਿਆਵਾਂ ਦੇ ਨਾਂ ਇੱਥੇ ਦਿੱਤੇ ਹੋਏ ਨੇ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਇਸੇ ਤਰ੍ਹਾਂ ਐਗਜ਼ਾਮ ਦੇ ਰਿਲੇਟਿਡ ਨਿਊ ਅਪਡੇਟ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ